ਉਹ ਜੀ ਦੋਸਤੋ, ਅਸੀਂ ਜਾ ਰਹੇ ਸਾਂ ਝੰਗ ਤੇ ਇਹ ਰਸਤੇ 'ਚ ਅਸੀਂ ਖਲੋਤੇ ਹਾਂ। ਇਹ ਇੱਕ ਭੱਠੀ ਨਜ਼ਰ ਆਈ, ਭੱਠੀ ਨਜ਼ਰ ਆਈ ਤੇ ਅਸਾਂ ਆਖਿਆ ਕਿ ਯਾਰ ਪਤਾ ਤਾਂ ਕਰੀਏ ਕੀ ਹੈਗਾ ਇਹ, ਮਤਲਬ ਕੀ ਬਣਦਾ ਪਿਆ। ਤੇ ਸਾਡੇ ਨਾਲ ਫਿਰ ਅਸੀਂ ਤਰਲਾ ਮਾਰਿਆ ਕਿ ਭਾਈ ਦੋ ਸਾਡੇ ਨੇ ਬੜੇ ਮੁਹੱਬਤ ਵਾਲੇ ਚਾਹ ਪਾਣੀ ਪੁੱਛਿਆ ਉਹਨਾਂ ਨੇ, ਲੇਕਿਨ ਅਸੀਂ ਆਖਿਆ ਕਿ ਨਹੀਂ ਤੁਹਾਡੀ ਚਾਹ ਪਾਣੀ ਹੋ ਗਈ ਸਾਨੂੰ, ਤੁਸੀਂ ਸਿਰਫ ਇੰਨਾ ਦੱਸ ਦਿਓ ਕਿ ਆਹ ਹੈ ਕੀ ਹੈ। ਤੇ ਇਹ ਉਹਨਾਂ ਦੱਸਿਆ ਜੀ ਕਿ ਕੋਲਾ ਬਣਦਾ, ਯਾਨੀ ਕਿ ਆਹ ਦੇਖਣਾ ਤੇਰਾ ਲੱਕੜ ਹੈ, ਆਹ ਲੱਕੜ ਸੁੱਕੀ ਲੱਕੜ, ਇਹਨੂੰ ਇਹਦੇ ਵਿੱਚ ਨੱਪ ਛੱਡਦੇ ਨੇ ਔਰ ਧੂਣੀ ਲਾ ਛੱਡਦੇ ਨੇ। ਇੱਧਰ ਆਓ ਤੁਸੀਂ ਇੱਕ ਮਿੰਟ ਜ਼ਰਾ। ਅੱਛਾ, ਤੁਹਾਡਾ ਕੀ ਨਾਂ? ਜ਼ਰਾ ਉੱਚੀ ਬੋਲੋ। ਮਨਵਰ ਸ਼ਾਹ। ਮਨਵਰ ਸ਼ਾਹ ਸ਼ਾਹ ਜੀ, ਮੈਨੂੰ ਇਹ ਦੱਸੋ ਤੁਸੀਂ ਜ਼ਰਾ ਕਿੱਧਰ ਮੂੰਹ ਕਰਕੇ, ਇਹਦਾ ਕੀ ਹੁੰਦਾ ਹਿਸਾਬ ਦਾ? ਲੱਕੜ ਕਿਹੜੀ ਹੈ ਤੇ ਕਿੰਨੇ ਦਿਨ 'ਚ ਕੋਲਾ ਬਣਦਾ? ਇਹ ਤਕਰੀਬਨ ਹਫ਼ਤੇ ਦੇ ਵਿੱਚ ਬਣ ਜਾਂਦਾ, 10 ਦਿਨ 'ਚ। ਹਾਂਜੀ, ਤਿਆਰ ਟੋਟਲ ਹੋ ਜਾਂਦਾ 10 ਦਿਨ ਦੇ ਵਿੱਚ। 10 ਦਿਨ 'ਚ ਤਿਆਰ ਹੋ ਜਾਂਦਾ ਤੇ ਕਿੱਥੋਂ ਪਾਉਂਦੇ ਹੋ ਕੋਲਾ? ਕਿੱਥੋਂ ਦੀ ਕੋਲਾ? ਉਦੋਂ ਇਹਦੂ ਆ ਜਾਓ ਨਾ, ਜਦੋਂ ਪੱਕ ਜਾਵੇ ਨਾ ਤੇ ਇਹਨੂੰ ਖੋਲ੍ਹ ਕੇ ਦਰਵਾਜ਼ਾ ਜਦੋਂ ਕੋਲਾ ਬਣ ਜਾਂਦਾ ਇੱਥੋਂ ਵੀ ਕੱਢ ਲੈਂਦੇ ਨੇ ਤੇ ਇੱਥੋਂ ਹੀ ਲੱਕੜ ਫੇਰ ਭਰ ਕੇ ਇਹਨੂੰ ਬੰਦ ਕਰਕੇ ਤੇ 10 ਦਿਨ ਅੱਗ ਤੇ ਰੱਖ ਜਾਂਦੀ। ਲਓ ਜੀ ਵੇਖੋ ਤੁਸੀਂ, ਅਸੀਂ ਸਾਡੀਆਂ ਬੀਬੀਆਂ ਭੈਣਾਂ ਕੋਲਾ ਇਸਤੇਮਾਲ ਕਰਦੀਆਂ ਨੇ, ਕੋਲਿਆਂ ਦੀ ਇਸਤਰੀ ਹੁੰਦੀ ਸੀ, ਹੁਣ ਬਾਰਬੀਕਿਊ ਹੈ। ਤੇ ਇਹ ਜਨਾਬ ਜਿਹੜਾ ਨਾ ਤੁਸੀਂ ਦੇਖੋ ਕਿ ਕੈਸੇ ਖੂਬਸੂਰਤ ਤਰੀਕੇ ਨਾਲ ਇੱਕ ਉਹਨਾਂ ਦਾ ਵੀ ਰਿਜ਼ਕ ਲੱਗਾ ਹੈ ਤੇ ਇੱਕ ਨਵੀਂ ਚੀਜ਼ ਸਾਨੂੰ ਨਜ਼ਰ ਆਈ ਹੈ। ਬੇਗ ਸਾਹਿਬ ਤੁਸੀਂ ਵੇਖੋ, ਧੂਏ ਦੇ ਖਰਾਜ ਵਾਸਤੇ ਨਾ ਛੋਟੇ ਛੋਟੇ ਸੁਰਾਖ ਵੀ ਨਾ ਰੱਖੇ, ਇਹ ਸੁਰਾਖ ਔਰ ਕਈ ਸੁਰਾਖ ਬੰਦ ਵੀ ਕੀਤੇ ਨੇ, ਮਤਲਬ ਜਿਹੜੇ ਨਿਕਲ ਜਾਵੇ ਨਾ ਫਿਰ ਬੰਦ। ਤੇ ਸ਼ਾਹ ਜੀ ਫਟ ਨਹੀਂ ਜਾਂਦੀ? ਨਹੀਂ, ਇੱਕ ਵਾਰੀ ਫਟੀ ਸੀ, ਫਿਰ ਫਿਰ ਸਹੀ ਹੋ ਗਿਆ ਤਕਰੀਬਨ। ਨਹੀਂ, ਜਾਨੀ ਨੁਕਸਾਨ ਤੇ ਨਹੀਂ? ਨਹੀਂ ਨਹੀਂ ਹੋਇਆ, ਉਹ ਠੰਡਾਈ ਉਹ ਤਾਂ ਫਟ ਗਿਆ, ਉਹ ਤੂੰ ਬਹਿ ਗਿਆ। ਤੇ ਸ਼ਾਹ ਜੀ ਲੱਕੜ ਕਾਦੀ ਸਮਾਉ ਕਰ ਦਿਓ? ਸ਼ਰੀ ਟਾਲੀ ਟਾਲੀ ਸ਼ਰੀ, ਠੀਕ ਹੈ। ਕਿੱਕਰ ਵੀ ਚੱਲਦਾ? ਨਹੀਂ, ਮਾਲਟਾ, ਮਾਲਟੇ ਦਾ ਕੋਲਾ ਇੱਕ ਨੰਬਰ ਨਿਕਲ ਗਿਆ, ਮਾਲਟੇ ਦੇ ਦਰਖਤ ਦਾ। ਅੱਗੋ ਤੁਸੀਂ ਉਹਨਾਂ ਕੇ ਥੋੜਾ ਗਿਆ ਜੋ ਕੋਲਾ ਨਿਕਲ ਆਇਆ, ਤੁਹਾਡੇ ਕੋ ਕੌਣ ਖੜਦਾ ਜਾਂ ਕਿਹੜੀ ਤੁਹਾਡੀ ਮੰਡੀ ਕਿਹੜੀ ਹੈ? ਬਾਜ਼ਾਰ ਵਿੱਚ ਵੇਚਦੇ ਆ, ਗੋਜਰੇ ਵੇਚਦੇ ਆ, ਜਿੱਥੇ ਕੋਈ ਲੱਗਦਾ ਹੁੰਦਾ ਕੋਈ ਗਾਗ ਲੱਗੇ ਨੇ। ਹਾਂਜੀ, ਉਹ ਪੈਸੇ ਐਡਵਾਂਸ ਜਮਾ ਹੁੰਦੇ ਨੇ ਇਹਨਾਂ ਦੇ। ਸਾਰੀ ਬਾਤ ਹੈ। ਅੱਛਾ, ਇਹਨੂੰ ਲੱਕੜ ਨੂੰ ਕੁਝ ਲਾਂਦੇ ਵੀ ਹੋ? ਕਿਹੜੀ ਸ਼ੈ ਲਾਂਦੇ? ਕੋਈ ਮਤਲਬ ਕਿ ਜਸਟ ਸਾਡੇ? ਨਹੀਂ ਨਹੀਂ, ਵੈਸੇ ਕੋਈ ਆਇਲ ਵਗੈਰਾ ਬਸ ਮਿੱਟੀ ਦਾ ਜਾਂ ਇਹਦੇ ਵਿੱਚ ਸਿਰਫ ਅੱਗ ਦੇ ਜਲੇ ਡੀਜ਼ਲ ਜਾਂ ਪੈਟਰੋਲ ਸਨ ਤੁਖਾਨ ਲਈ? ਹਾਂਜੀ ਹਾਂਜੀ, ਠੀਕ ਹੈ ਠੀਕ ਹੈ, ਫਿਰ ਆਪੇ ਬਲਦੀ ਰਹਿੰਦੀ ਹੈ। ਕਿਆ ਪਾ ਲਓ ਜੀ ਦੋਸਤੋ। ਅੱਛਾ, ਇਹਨੂੰ ਨਾ ਇਹਦਾ ਕਚਰਾ ਨਿਕਲਦਾ ਹੈ? ਕਚਰਾ ਕਿੱਥੋਂ ਨਿਕਲਦੇ ਹੋ? ਇਹ ਕਚਰਾ ਇਹਦਾ ਬਾਕੀ ਨਿਕਲਦਾ ਜਲੇ ਸਾਫ। ਅੱਛਾ ਅੱਛਾ ਅੱਛਾ, ਇਹ ਕਚਰਾ ਜੀ ਉਹ ਬਣ ਕੇ ਫਿਰ ਕਚਰਾ ਨਿਕਲਦਾ? ਅੱਛਾ, ਇਹ ਕਚਰਾ? ਹਾਂਜੀ, ਇਹ ਨਹੀਂ ਵੇਖਦਾ? ਇਹ 2-250 ਰੁਪਏ ਮਣ ਵਿਕਣਾ, ਇਹ ਜਿਹੜੇ ਮਛਲੀਆਂ ਬੁੰਦੇ ਆ, ਛਲੀਆਂ ਭੁੰਨਣ ਜਿਹੜੇ ਹੁੰਦੇ ਨਾ, ਜੇਕਰ ਤੁਸੀਂ ਦੇਖਿਆ ਨਾ ਜਦੋਂ ਕੇਰੀ ਪਾਕਿਸਤਾਨ ਦੇ ਨੇ, ਪੰਜਾਬ ਚ ਨੇ। ਹਾਂਜੀ, ਦੇਖੋ ਭੱਠੀ ਪੌੜੀ ਕਾਹਦੀ ਚੱਕੀ? ਅੱਛਾ, ਜੇ ਕੋਈ ਜਾਣਾ ਵਿੱਚ ਪਾਣੀ ਪਾ ਜੇ, ਤੁਹਾਡੇ ਬੱਚਿਆਂ ਨੂੰ ਪਤਾ ਜੀ ਕਿ ਨਹੀਂ ਕਰਨਾ? ਨਹੀਂ ਪਾਸ, ਹਾਂ ਮੈਂ ਵੀ ਆਖਿਆ ਨਾ ਉਹ ਤੋਂ ਬੰਦ ਹੋ ਜਾਣਾ, ਉਹ ਤੋਂ ਡੱਕ ਜਾਣਾ।
ਤੇ ਜੇ ਕੋਲਾ ਭੱਟੀ ਪੁੱਟੀ ਹੈ ਤੇ ਹਲੇ ਲੱਕੜ ਤੇ ਚੱਲ ਨਹੀਂ ਸਹੀ ਕੋਲਾ ਬਣਿਆ ਤੇ ਸੁਆਹ ਵੀ ਬਾਜ਼ ਔਕਾਤ ਨੁਕਸਾਨ ਹੀ ਹੋ ਜਾਂਦਾ ਬਹੁਤ ਪਾ ਗਿਆ ਸੁਆਹ ਹੋ ਜਾਂਦਾ ਹੈ ਨਾ ਲੋ ਜੀ ਕਦੀ ਕਦੀ ਆਉਂਦੇ ਨੇ ਕਿ ਜ਼ਿਆਦਾ ਵੀ ਸੁਆਹ ਹੋ ਜਾਂਦਾ ਨੁਕਸਾਨ ਵੀ ਹੋ ਜਾਂਦਾ ਨੁਕਸਾਨ ਵੀ ਕਾਰੋਬਾਰ ਜੀ ਨਹੀਂ ਅਗਰ ਇਹਨੂੰ ਤੁਸੀਂ ਕਹਿ ਲਓ ਕਿ ਹਵਾ ਮਿਲੇਗੀ ਨਾ ਜ਼ਿਆਦਾ ਤੇ ਜ਼ਾਦੀ ਬਾਤ ਉਹ ਅੱਗ ਹੀ ਲੱਗਣੀ ਹੈ ਤੇ ਇਹਨੂੰ ਬੜਾ ਇਹਦਾ ਇੱਕ ਨਾ ਸਾਰਾ ਇੱਕ ਬੜਾ ਮਤਲਬ ਕਿ ਸਿਸਟਮ ਬਣਾਇਆ ਵਾ ਇਹਨਾਂ ਨੇ ਇਹਨਾਂ ਨੂੰ ਇਹਨੂੰ ਹਵਾ ਵੀ ਨਹੀਂ ਲੱਗਣ ਦੇਣੀ ਔਰ ਕਿਤੇ ਨਾ ਕਿਤੇ ਇਹਦਾ ਖਰਾਜ ਵੀ ਰੱਖਣਾ ਤੂੰ ਇਹਨਾਂ ਨੂੰ ਬੰਨੀ ਹਾਂ ਲੋਹੇ ਦੀ ਪਤਰੀ ਲੱਗੀ ਤਾਂ ਕਿ ਇਹਨੂੰ ਬੰਨ ਕੇ ਰੱਖੇ ਨਟ ਕਾਬਲੇ ਵਗੈਰਾ ਨਾ ਵਾਹ ਜੀ ਵਾਹ ਭੱਠੀ ਕਹਿ ਰਹੇ ਆਪਣੀ ਲੈਂਗੁਏਜ ਕੀ ਕਹਿੰਦੇ ਨੇ ਮਤਲਬ ਇਸ ਇਲਾਕੇ ਚ ਇਹਦੇ ਇਲਾਕੇ ਦੇ ਵਿੱਚ ਕੋਲੇ ਵਾਲੀ ਭੱਠੀ ਸਦੇ ਕੋਲੇ ਵਾਲੀ ਭੱਠੀ ਸਦੇ ਤੇ ਲੱਕੜ ਵੀ ਲੱਕੜ ਹੀ ਕਹਿੰਦੇ ਲੱਕੜ ਜੀ ਠੀਕ ਹੋ ਗਿਆ ਬਿਲਕੁਲ ਸਹੀ ਹੋ ਗਿਆ ਵਾਹ ਜੀ ਵਾਹ ਕਿਆ ਬਾਤ ਹੈ ਵੇਖੋ ਜੀ ਕਿਆ ਕਿਆ ਸਾਨੂੰ ਲਓ ਜੀ ਅੱਜ ਤੱਕ ਦੋਸਤੋ ਕੋਲਾ ਹੀ ਨਹੀਂ ਸੀ ਪਤਾ ਕਿ ਕੋਲਾ ਕਿਸ ਤਰ੍ਹਾਂ ਬਣਦਾ ਬੜੀ ਅਸੀਂ ਦੁਨੀਆ ਫਿਰੀ ਹੈ ਲੇਕਿਨ ਅੱਜ ਪਤਾ ਲੱਗਿਆ ਇਹਦਾ ਤਰੀਕਾ ਇਹ ਜਿੱਥੇ ਬਣੇਗਾ ਕੋਲਾ ਭੱਠੀ ਹੋਈ ਹੈ ਅੰਦਰ ਪਾਣੀ ਜਾਏਗਾ ਤਾਂ ਲੋ ਜੀ ਬੱਦਲ ਵੀ ਆ ਜੇ ਇਹ ਜਿਹੜਾ ਇਹਨਾਂ ਨੇ ਭੱਠੀ ਚਾਰਤੀ ਹੈ ਨਾ ਇਹ ਚੱਲਦੀ ਰਹੇਗੀ ਵਾਹ ਜੀ ਵਾਹ ਕਿਆ ਬਾਤ ਜਿੰਦਾਬਾਦ ਤੇ ਲੱਕੜ ਕਿੱਥੋਂ ਲਿਆਉਂਦੇ ਹੋ ਲੱਕੜ ਬਸ ਤੇਰੇ ਮੇਰੇ ਕੋਲ ਕੋਈ ਆਇਆ ਗਿਆ ਵਪਾਰੀ ਹੋ ਗਿਆ ਮਤਲਬ ਕਿਸੇ ਕੋਲ 20 ਮਾਣ ਕਿਸੇ ਕੋਲ 40 ਮਾਣ ਰਾਬਤੇ ਰਹਿੰਦੇ ਨੇ ਤੁਹਾਡੇ ਰਾਬਤੇ ਕਾਰੋਬਾਰ ਜੀ ਆ ਫਿਰ ਸਹੀ ਹੋ ਗਿਆ ਲੱਕੜ ਦਾ ਕੀ ਰੇਟ ਇੱਥੇ ਵੈਸੇ ਲੱਕੜ ਦਾ ਰੇਟ ਹੈ 500 550 ਮਾਣ 400 ਹਾਂ ਅੱਛਾ ਅੱਗੇ 2-250 ਨੂੰ ਮਿਲ ਵੈਂਦੇ ਅੱਗੇ 25,000 ਰੁਪਏ ਦੇ ਵਿੱਚ ਬਚ ਜਾਂਦੇ 30,000 ਹਾਂ ਹੁਣ ਵੀ ਸ਼ੁਕਰ ਹੈ ਬਸ ਦਾ ਨਹੀਂ ਇੱਕ ਜਦੋਂ ਪੁੱਟਦੇ ਹੋ ਤੁਸੀਂ ਤੇ ਤੁਹਾਨੂੰ ਕਿੰਨਾ ਕੁ ਬਚ ਜਾਂਦਾ 10,000 ਰੁਪਏ ਬਚ ਜਾਂਦਾ 150 ਮਣ ਜੀ ਝੜ ਗਿਆ ਨਾਲੋਂ ਕਚਰਾ ਵੀ ਬਣ ਗਈ ਸਭ ਕੁਛ ਬਣ ਗਿਆ ਲੱਕੜ ਵਿੱਚ ਰੱਖਦੇ ਕਿਸ ਤਰ੍ਹਾਂ ਕੋਈ ਸਪੈਸ਼ਲ ਤਰੀਕਾ ਉਹਦਾ ਐਸੇ ਹੀ ਤਰ੍ਹਾਂ ਸਿੱਧਾ ਜਿਤਨਾ ਬਰੀਕ ਹੋਵੇ ਨਾ ਉਹ ਸੜ ਜਾਂਦਾ ਤੁਹਾਡੀ ਕੋਸ਼ਿਸ਼ ਕੀ ਕੁਝ ਨਹੀਂ ਸਾਰੇ ਅਗਰ ਬਰੀਕ ਪੀਸ ਵਿੱਚ ਸਟੀ ਦੱਸ ਦਿਆਂ ਤਿਆਰ ਹੁੰਦਾ ਉਹ ਫਿਰ ਸਵਾਹ ਬਣ ਜਾਂਦਾ ਸਵਾਹ ਬਣ ਜਾਣੀ ਸਹੀ ਕਹਿ ਰਹੇ ਬਿਲਕੁਲ ਸਹੀ ਹੈ
ਤੇ ਇਹਨੂੰ ਹੁਣ ਤੁਸੀਂ ਜਦੋਂ ਅੱਗ ਲਾ ਦੇਣੀ ਹੈ ਕੁਝ ਨਹੀਂ ਪਾਣਾ, ਕੋਈ ਧੁਆਂ ਨਹੀਂ, ਕੋਈ ਚੀਜ਼ ਨਹੀਂ, ਨਹੀਂ ਨਹੀਂ ਦੱਸ ਦੇ ਦੱਸ ਦੇ ਨਾ ਜੀ, ਕਹਿ ਲਓ ਕਿ ਪੰਜਾਬੀ ਚ ਇਹਨੇ ਧੁੱਖ ਦਿਆ ਰਹਿਣਾ ਵੇਖ ਸਾਹਿਬ, ਕਿਆ ਬਾਤ ਹੈ, 10 ਦਿਨ ਤਕਰੀਬਨ ਇਹਦਾ ਪ੍ਰੋਸੈਸ ਸਿਰਫ ਤੇਲ ਹੀ ਲਾਉਂਦੇ ਆ ਬਸ, ਉਹ ਪੈਟਰੋਲ ਉੱਤੇ ਸਾੜ ਕੇ ਉਹਨੇ ਨਿਗਰਾਨੀ ਰੱਖਣੀ ਹੈ। ਹਾਂਜੀ ਨਿਗਰਾਨੀ ਰੱਖਣੀ, ਨਿਗਰਾਨੀ ਰੱਖਣੀ। ਔਰ ਦੋ ਸ਼ਹਿਰ ਨੇ ਜਿੱਥੇ ਤੁਸੀਂ ਦੱਸਿਆ ਕਿ ਸਿਕੋਲਾ ਦੇ ਰਿਹਾ, ਇੱਕ ਆਪਣਾ ਗੋਜਰਾ ਸ਼ਹਿਰ ਚ ਔਰ ਦੂਸਰਾ ਜੰਗ ਸ਼ਹਿਰ ਚ, ਇਹ ਤਕਰੀਬਨ ਸੈਂਟਰ ਚ ਹੋਏ ਨਾ। ਠੀਕ ਹੈ, ਔਰ ਨਾਲ ਹੀ ਜੀ ਤੁਹਾਨੂੰ ਮੇਨ ਰੂਟ ਨਜ਼ਰ ਆ ਰਿਹਾ ਪਿੱਛੇ, ਜੋ ਸਾਨੂੰ ਗੋਜਰਾ ਤੋਂ ਲਿੰਕ ਕਰ ਰਹੀ ਹੈ ਝੰਗ। ਹਾਂਜੀ, ਤੇ ਝੰਗ ਇਥੋਂ ਤਕਰੀਬਨ 9 ਕਿਲੋਮੀਟਰ, ਤੇ ਗੋਜਰਾ ਕਿੰਨਾ ਬਣ ਗਿਆ 20 ਕੀ ਤੇ 27 ਕਿਲੋਮੀਟਰ ਦਾ ਗੋਜਰਾ। ਅੱਛਾ 27 ਕਿਲੋਮੀਟਰ ਝੰਗ ਨੇੜੇ, ਝੰਗ ਇਹ ਨੇੜੇ ਝੰਗ ਨਾਲ ਤੇ ਬਾਕੀ ਪਿੱਛੇ ਹੈਗਾ। ਠੀਕ ਹੈ ਕਾਕਮ ਸਾਹਿਬ, ਲਓ ਜੀ ਦੋਸਤੋ, ਉਮੀਦ ਹੈ ਕਿ ਤੁਹਾਨੂੰ ਇਹ ਜਿਹੜਾ ਕਿ ਨਵੀਂ ਚੀਜ਼ ਵਾਲੀ ਪਸੰਦ ਆਈ ਹੋਏਗੀ। ਹਾਲਾਤ ਠੀਕ।